गुरुद्वारा श्री बेर साहिब दे बाहर दुकानदार दे अणपछाते व्यक्तियों ने किया हमला। गुरुद्वारा श्री बेर साहिब दे बाहर बीती शाम मामली गल नूं लै के दो दुकानदारां च झगड़ा होण दे जानकारी प्राप्त हुई है, जिस दौरान तेजधार हथियार नाल हमला किया गया है, जिस सीसीटीवी वीडियो भी सामने आई है, सोशल मीडिया ते भी काफ़ी वायरल आई हुई है। जानकारी देंदे सिविल अस्पताल सुल्तानपुर लोधी च इलाज अधीन तरनजीत सिंह ने दसिया कि वह गुरुद्वारा श्री बेर साहिब बाहर फास्ट फूड की दुकान करता है। मेरा नाम जी कश्मीर सिंह है जी, शहर का मैं नंबरदार हाँ जी। घटना जी जसवीर सिंह टोनी है, ये पहलों ये है साढ़े न गाली गलोज करके गया दुकान पर जी, चलो अही चुप किते रहे गड़ियों, बाद सानू नहीं पता भी इन्हें आण के साढ़े हमला करना वा। मैं सी मेरा बेड़ा ही छोटा ते नाल मेरा भतीजा ही दुकान पर ही बैठे सीगे, इहदा बेटा इहदे घर दी गुरप्रीत इहनां दा बेटा वा, सुनीता उहदे घर दी है टोनी दे जी, ते नाल 15-20 तो मुंडे मंडीर सी जिहड़ी गल नकली निहंग सिंह सिरां तो मुंडे ही दमाले उहनां ने बधे होए सी, ਕਿਸੇ ਕੋਲ ਕਿਰਪਾਨ ਸੀ ਕਿਸੇ ਕੋਲ ਵਰਸ਼ਾ ਜੀ। ਦੁਕਾਨ ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਸੁਨੀਤਾ ਅੰਦਰ ਵੜੀ ਆ, ਇਹਨੇ ਬੇਟੇ ਨੂੰ ਚਪੇੜ ਮਾਰ ਕੇ ਉਹਦੀ ਪੱਗ ਉਤਾਰੀ ਜਿਹੜੀ ਦਸਤਾਰ ਸੀ ਸਿਰ 'ਤੇ, ਕੇਸਾਂ ਤੋਂ ਫੜ ਲੈਣ ਘੜੀਸਿਆ ਵਾ, ਬਾਕੀਆਂ ਨੇ ਕੁਛ ਨਹੀਂ ਦੇਖਿਆ ਵੀ ਕਿੱਥੇ ਵੱਜਦੀ ਕਿੱਥੇ ਨਹੀਂ ਵੱਜਦੀ ਜੀ, ਅਤੇ ਸੰਨ ਦੇ ਜਾਣ ਤੱਕ ਮਤਲਬ ਕਿ ਪਤਾ ਹੀ ਨਹੀਂ ਕੀ ਹੋ ਗਿਆ ਵਾ, ਅਸੀਂ ਤਾਂ ਸ਼ਿਲੌਂਗ ਜੀ ਰਹੇ, ਅਤੇ ਇਹਦਾ ਬੇਟਾ ਜਿਹੜਾ ਉਹ ਦੱਸ ਕੇ ਚਲੇ ਗਿਆ ਵੀ ਆਹ ਮੁੰਡਾ ਵਾ ਆਹ ਦੁਕਾਨ ਵਾ, ਜਿਹਦੇ ਵਿੱਚ ਇੱਕ ਬੰਦੇ ਕੋਲ ਜਿਹੜਾ ਟੋਲਾ ਪਾਇਆ ਸੀ ਨੀਲਾ, ਔਰ ਉਹਦੇ ਕੋਲ ਰਿਵਾਲਵਰ ਸੀਗਾ ਜੀ, ਡਾਂਜ ਨੂੰ ਸੁਣਦਾ ਮਤਲਬ ਕਿ ਕਾਫੀ ਇੱਥੇ ਖਲਾਰਾ ਪਾਇਆ ਇਹਨਾਂ ਨੇ, ਭੰਨ ਤੋੜ ਕੀਤੀ ਸਾਡੀ ਜੀ ਦੁਕਾਨ ਦੀ, ਬੜੀ ਦੁਨੀਆ ਉੱਥੇ ਇਕੱਠੀ ਹੋਈ, ਅਤੇ ਪਰ ਇੱਦਾਂ ਦੇ ਕੰਮ ਦੇ ਵਿੱਚ ਕੋਈ ਲਾਗੇ ਨਹੀਂ ਆਉਂਦਾ, ਸਾਰੀ ਘਟਨਾ ਹੋਈ ਹੈ ਜੀ। ਪੈਸਿਆਂ ਦਾ ਇਹਨਾਂ ਦਾ ਲੈਣ ਦੇਣ ਸਾਡਾ ਕੋਈ ਨੀਗਾ ਜੀ, ਜਲੰਧਰੋਂ ਅਸੀਂ ਰੇਹੜੀ ਬਣਵਾਈ ਸੀਗੀ, ਸਾਡਾ ਉਹਨਾਂ ਨੂੰ ਪੂਰਾ ਕੰਮ ਨਹੀਂ ਕੀਤਾ, ਅਸੀਂ ਉਹਨਾਂ ਦਾ ਜਿਹੜਾ 10,000 ਰੁਪਇਆ ਰੱਖ ਲਿਆ ਸੀਗਾ, ਇਹ ਤਾਂ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ 10 ਰੁਪਇਆ ਜ਼ਿੰਮੇਵਾਰੀ 'ਤੇ ਲਿਆਉਂਦੀ ਰੇਹੜੀ ਉਦੋਂ, ਇਹਨਾਂ ਦੇ ਕਹਿਣ ਇਹਨਾਂ ਨੇ ਸਾਨੂੰ ਕਹਿੰਦੇ ਵੀ 2,000 ਰੁਪਇਆ ਕਰਕੇ ਉਹਨਾਂ ਨੂੰ ਦੇ ਦਿਓ, ਪਿਛਲੇ ਸੋਮਵਾਰ ਇਹਨਾਂ ਦੇ ਕਹਿਣ 'ਤੇ ਅਸੀਂ 2,000 ਰੁਪਇਆ ਉਹਨੂੰ ਪਾਇਆ, 2,000 ਰੁਪਇਆ ਅੱਜ ਅਸੀਂ ਅੱਜ ਪਾਉਣਾ ਸੀ ਸੋਮਵਾਰ, ਅਤੇ ਕੱਲ੍ਹ ਇਹਨਾਂ ਨੇ ਉਹ ਰੇਹੜੀ ਵਾਲੇ ਨੂੰ ਸੱਦ ਕੇ ਅਤੇ ਜੋ ਸਾਡੇ 'ਤੇ ਹਮਲਾ ਕੀਤਾ ਵਾ ਉਹ ਸਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਵੀ ਇਹਨਾਂ ਨੇ ਕਿਉਂ ਸਾਡੇ 'ਤੇ ਹਮਲਾ ਕੀਤਾ ਜੀ। ਅਸੀਂ ਸਾਡੀ ਮੰਗ ਇਹੋ ਹੀ ਹੈ ਜੀ ਵੀ ਜਿਹੜੀ ਪਹਿਲੀ ਤਾਂ ਗੱਲ ਜਿਹੜੇ ਨਿਹੰਗ ਸਿੰਘ ਨਕਲੀ ਬਣੇ ਫਿਰਦੇ ਆ, ਇਹ ਗੁੰਡਾਗਰਦੀ ਕਰਦੇ, ਗੁੰਡਾਗਰਦੀ ਇਹਨੇ ਕੀਤੀ ਦੁਕਾਨ 'ਚ ਵੜ ਕੇ, ਇਹਨਾਂ ਨੂੰ ਪ੍ਰਸ਼ਾਸਨ ਜਿਹੜਾ ਉਹ ਸੱਦ ਕੇ ਇਹਨਾਂ ਨੂੰ ਨੱਥ ਪਾਵੇ, ਅਸੀਂ ਇਹ ਕਹਾਂਗੇ ਨਿਹੰਗ ਸਿੰਘ ਨਹੀਂ ਇਹ ਲੁਟੇਰੇ ਆ, ਰਾਤ ਨੂੰ ਅੱਧੀ ਅੱਧੀ ਰਾਤ ਨਹੀਂ ਫਿਰਦੇ ਰਹਿੰਦੇ ਆ ਜੀ, ਕੋਈ ਇਹਨਾਂ ਦਾ ਕੋਈ ਵਾਲੇ ਵਾਸ ਨਹੀਂ ਗਾ, ਸਿਰੇ 'ਤੇ ਨਸ਼ੇੜੀ ਸੀ ਜੀ ਉਹ।